ਵੇਖੋ ਨਾ ਬੰਦਾ ਕਿੱਥੇ ਆ ਖਲੋਤਾ ਹੈ। ਈ ਦਰਗਹੇ ਮਾਂ ਦਰਗਹੇ ਨੌ ਮੀਦੀ ਨੀ ਜਿਹੜਾ ਆਪੀ ਕਹਿੰਦਾ ਕੁਲਿਆ ਇਬਾਦੀ ਅੱਲਜ਼ੀਨਾ ਅਸ਼ਰਫੂ ਅਲਾ ਅਨਫੁਸਿਹਿਮ ਲਾ ਤਕਨਤੂ ਮਿਨ ਰਹਿਮਤਿਲਾਹ। ਉਹ ਮੇਰੀ ਰਹਿਮਤ ਤੂੰ ਨਾ ਉਮੀਦ ਨਾ ਹੀ ਕਦੀ, ਤੂੰ ਜੋ ਕੁਝ ਵੀ ਕੀਤਾ ਆ ਮੈਂ ਮਾਫ਼ੀ ਦੇਵਾਂਗਾ, ਤੂੰ ਜੋ ਵੀ ਕੀਤਾ ਆ ਮੈਂ ਮਾਫ਼ੀ, ਤੂੰ ਆਉਂਦਾ ਹੀ ਨਹੀਂ, ਤੂੰ ਆਉਂਦਾ ਹੀ ਨਹੀਂ। ਦੁਆ ਤਾਂ ਸਹੀ ਕਦੀ, ਮੰਗ ਤਾਂ ਸਹੀ ਮਾਫ਼ੀ, ਜੇ ਨਾ ਤੈਨੂੰ ਬਾਦਸ਼ਾਹੀਆਂ ਦੇ ਛੜੀਆਂ ਤਾਂ ਗੱਲ ਕਰੀ ਹੈ। ਮਾ ਉਰੀਦੁ ਮਿਨਹੁਮ ਮਿਰ ਰਿਜ਼ਕ ਵਾ ਮਾ ਉਰੀਦੁ ਅਨ ਯੁਤਅਮੂਨ ਇਨ ਅੱਲਾਹ ਹੁਵਰ ਰਜ਼ਾਕੁ ਜ਼ੁਲ ਕੁਵਤਿ ਅਲ ਮਤੀਨ। ਉਹ ਬੰਦੇ ਇਹ ਜੋ ਕੁਛ ਹੈ ਇਹ ਤੂੰ ਤੇਰੇ ਲਈ ਹੈ। ਲਾ ਤਾਖੁਦੁਹੁ ਸਿਨਤੁਮ ਵਲਾ ਨੌਮ, ਰੱਬ ਕੀ ਤੋ ਸ਼ਾਨ ਹੀ ਨਹੀਂ ਹੈ, ਨਾ ਵੋ ਖਾਤਾ ਹੈ ਨਾ ਵੋ ਪੀਤਾ ਹੈ ਨਾ ਵੋ ਸੋਤਾ ਹੈ, ਸਰਦੀ ਉਸੇ ਨਹੀਂ ਲਗਤੀ, ਗਰਮੀ ਉਸੇ ਨਹੀਂ ਲਗਤੀ, ਸਿਮਤੋਂ ਸੇ ਜਹਤੋਂ ਸੇ ਆਜ਼ਾ ਸੇ ਹੁੰਟੋਂ ਸੇ ਜ਼ੁਬਾਨ ਸੇ ਆਖੋਂ ਸੇ ਵੋ ਪਾਕ ਹੈ। ਇਹ ਤੂੰ ਸਾਰਾ ਕੁਛ ਤੇਰੇ ਲਈ ਹੈ ਬੰਦਿਆ, ਤੂੰ ਕਹਾਂ ਜਾ ਰਿਹਾ ਹੈ, ਤੂੰ ਆਤਾ ਹੀ ਨਹੀਂ, ਤੂੰ ਆ ਤੋ ਸਹੀ, ਕਭੀ ਕਭੀ ਪੁਕਾਰ ਤੋ ਸਹੀ ਆ ਕੇ, ਕਭੀ ਬੁਲਾ ਤੋ ਸਹੀ ਆ ਕੇ ਚੱਲਿਆ, ਕਿਉਂ ਤੁਝੇ ਸੂਦ ਲੈਣੇ ਕੀ ਜ਼ਰੂਰ ਪੜ ਗਈ? ਕਿਆ ਤੇਰਾ ਰੱਬ ਜ਼ਿੰਦਾ ਨਹੀਂ? ਕਿਆ ਤੇਰਾ ਰੱਬ ਸੁਣਤਾ ਨਹੀਂ? ਕਿਆ ਤੇਰਾ ਰੱਬ ਦਿੱਤਾ ਨਹੀਂ? ਤੂੰ ਕਿਉਂ ਮਿਲਾਵਟ ਕਰ ਰਿਹਾ ਹੈ? ਤੂੰ ਕਿਉਂ ਕਦੇ ਕਾ ਗੋਸ਼ ਕਾਟ ਕਾਟ ਕੇ ਲੋਕਾਂ ਕੋ ਖਿਲਾ ਰਿਹਾ? ਅਗਰ ਤੁਝੇ ਪੈਸੇ ਚਾਹੀਏ ਤੋ ਮੰਗ ਰੱਬ ਸੇ, ਹੈ ਕਿਉਂ ਨਹੀਂ ਤੂੰ ਮੰਗਤਾ ਹਜ਼ਰਤ ਜੀ? ਕੋ ਬੰਦਾ ਉੱਠ ਕੇ ਆ ਕੇ ਹਾਂ ਮੈਂ ਮੰਗੇ ਨੇ ਤੇ ਨਹੀਂ ਦਿੱਤੇ ਉਹਨੇ, ਫਿਰ ਚਲੋ ਤੇ ਨਾ ਦੂਜੀ ਗੱਲ ਕਰ ਲੈਂਦੇ, ਮੰਗਤਾ ਹੀ ਕੋਈ ਨਹੀਂ ਹਜ਼ਰਤ ਜੀ, ਪੁੱਠੇ ਰਸਤੇ ਚੱਲ ਪਏ ਸਾਰੇ, ਉਹ ਮੰਗਣੇ ਵਾਲੀ ਇੱਥੇ ਹਜ਼ਰਤ ਜੀ, ਉਹ ਰਾਤ ਉਹ ਕੁਰਾਨ ਹੈ ਔਰ ਉਹ ਕੋ ਪੜ੍ਹਨੇ ਵਾਲਾ ਤਦਰੀ, ਫਿਰ ਦੇਖੋ ਹਾਂ ਬੰਦ ਬੂਹੇ ਵੀ ਖੁੱਲਤੇ ਹੈ ਕਿ ਨਹੀਂ ਖੁੱਲਤੇ ਹੈ, ਕੋਈ ਬੰਦ ਬੂਹੇ ਖੁੱਲਤੇ ਹੈ ਕਿ ਨਹੀਂ ਖੁੱਲਤੇ।